ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਵੇਖਦੇ ਪਿਓ ਸ਼ਹੀਨ ਐਨੀਮਲ ਟੀਵੀ ਦਾ ਮੈਂ ਤੁਹਾਡਾ ਮੇਜ਼ਬਾਨ ਅਸ਼ਫਾਕ احمد ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰਨਾ ਪ੍ਰੈਸ ਤਾਂ ਕਿ ਮੇਰਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਬਾਸਾਨੀ ਪਹੁੰਚੇ ਨੰਬਰ ਆਪਣਾ ਹੁੰਦਾ 0345 475043 ਇਸੇ ਨੰਬਰ ਤੇ ਵਟਸਐਪ ਇਸੇ ਤੇ ਮੋਹ ਜਨਾਬ ਤੇ ਜਨਾਬ ਮੇਰੇ ਖੱਬੇ ਬਣੇ ਗਾਂ ਖੜੀ ਹੈ ਪਿਓਰ ਸਫੈ ਚਿੱਟੀ ਗਾਂ ਜਨਾਬ ਮੇਰਾ ਕੈਮਰਾਮੈਨ ਕਰਾਏਗਾ ਤਸੱਲੀ ਬਾਕੀ ਜੋ ਸਾਖ ਤਾਬ ਹੈ ਉਹ ਮੇਰਾ ਕੈਮਰਾਮੈਨ ਜਨਾਬ ਤਸੱਲੀਆਂ ਕਰਾ ਰਿਹਾ ਹੈ ਕੀਂਦੀ نسل ਕੀਂਦੀ ਜ਼ਾਤ ਹੈ ਜਨਾਬ ਅੱਜ ਅੱਲਾਹ ਦੀ ਮਿਹਰਬਾਨੀ ਨਾਲ ਰੁਗ ਰੁਗ ਦਾ ਥਾਣਾ ਨਿੱਕਿਆ ਗੁਫਾੜੇ ਰੁਗ ਰੁਗ ਦਾ ਥਾਣਾ ਗਿੱਠ-ਗਿੱੜ ਦੇ ਵਿਰਲਾ ਜਨਾਬ ਇਹਨੂੰ ਆਖਿਆ ਜਾਂਦਾ ਡੇਢੀ ਵਾਲਾ ਥਾਣਾ ਜਨਾਬ ਮੱਝਾਂ ਤਰ੍ਹਾਂ ਦਾ ਲੱਗਿਆ ਹੈ ਅੱਲਾਹ ਦੇ ਫਜ਼ਲੋ ਕਰਮ ਨਾਲ ਮਾਸ਼ਾਅੱਲਾ ਬਾਕੀ ਜੋ ਸਾਹਬਤਾਬ ਹੈ ਮੇਰਾ ਕੈਮਰਾਮੈਨ ਤਸਲੀਆਂ ਕਰਾ ਰਿਹਾ ਹੈ ਮਾਸ਼ਾਅੱੱਲਾ ਲਾਮ ਚੰਗੀ ਹੈ ਕੱਦ ਚੰਗਾ ਹੈ ਵਹਿੜ ਦਾ ਬਾਕੀ ਜੋ ਸਾਖ ਤਾਬ ਹੈ ਉਹ ਮੇਰਾ ਕੈਮਰਾਮੈਨ ਖਾ ਰਿਹਾ ਹੈ ਅੱਲਾ ਦੀ ਮਿਹਰਬਾਨੀ ਨਾਲ ਮੇਰੇ ਵੀਰ ਸੱਜਣ ਬੜੇ ਆਂਦੇ ਸੀ ਜਨਾਬ ਕੋਈ ਹੌਲੇ ਜੇ ਮੁੱਲਾਂ ਵਾਲੀ ਗਾਂ ਲੱਭ ਕੇ ਦੇ ਦੰਦ ਖਾ ਲਿਕੇ ਆਂਦੇ ਦੰਦ ਖਾ ਚਿੱਗੀ ਮੂੰਹ ਚੱਗੀ ਲਵੀ ਗਾਂ ਵੇ ਮਾਸ਼ਾ ਅੱਲਾ ਮੂੰਹ ਜੋ ਛੱਗੀ ਹੈ ਸੁਹਾ ਸੋਣਾ ਤੋਂ ਦੂਸਰਾ ਜਿੰਨਾ ਕੋ ਆਪਾਂ ਨੂੰ ਪਤਾ ਹੈ ਉੰਨੀ ਕੋ ਗੱਲ ਕਰਦੇ ਜਾਵਾਂਗੇ ਤੇ ਬਾਕੀ ਮਾਲਕ ਦੀ ਜ਼ੁਬਾਨੀ ਪੁੱਛ ਲੈਣਾ ਸ਼ਹੀਨ ਐਨੀਮਲ ਟੀਵੀ ਦੀ ਅੱਲਾ ਦੇ ਫਜ਼ਲੋ ਕਰਮ ਨਾਲ ਸਾਫ਼ ਸੁਥਰੇ ਜਾਨਵਰ ਮਿਲਦੇ ਨੇ ਤੇ ਖਰੇ ਤੇ ਸੁੱਚੇ ਸੌਦੇ ਮਿਲਦੇ ਨੇ ਕਿੰਨਾਂ ਛੱਡ ਕੇ ਅਸੀਂ ਥੋੜਾ ਟੋਰ ਪਰਾਂ ਮਾਸ਼ਾਅੱਲਾ ਇੱਕ ਸਿੰਘ ਮੀਣਾ ਇੱਕ ਸਿੱਧਾ ਜਨਾਬ ਬਾਕੀ ਜੋ ਸਾਖ ਕਿਤਾਬ ਹੈ ਉਹ ਮੇਰਾ ਕੈਮਰਾਮੈਨ ਤਸਲੀਆਂ ਕਰਾ ਰਹੇ ਨੇ ਕਿ ਇਧਰ ਨੂੰ ਆਵਣ ਦੇ ਸੁਮਣ ਵਾਲੀ ਹੈ ਯਾ ਸੁਈ ਹੋਈ ਹੈ ਉਹ ਮੇਰਾ ਕੈਮਰਾਮੈਨ ਤਸਲੀਆਂ ਕਰਾ ਰਿਹਾ ਅੱਲਾ ਦੀ ਮਿਹਰਬਾਨੀ ਨਾਲ ਸਫੈਦ ਚਿੱਟੀ ਹੈ ਜਨਾਬ ਗਾਂ ਬਾਕੀ ਜੋ ਸਾਖ ਕਿਤਾਬ ਜਾਣਦੇ ਜਾਣਦੇ ਪਰਲੀ ਸਾਈਡ ਤੇ ਲਾਇਆ ਪੂਰਾ ਲਾਇਆ ਉਹਨਾਂ ਮਾਸ਼ਾਅੱਲਾ ਮੇਲੇ ਲਾਈ ਖੜੀ ਹੈ ਮਜ਼ੀਦ ਮੇਲੇ ਲਾਵੇਗੀ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਜੋ ਸਾਫ ਕਿਤਾਬ ਹੈ ਲਿਖਿਆ ਬੰਨ ਦੇ ਬੰਨ ਦੇ ਅਜੇ ਤੱਕ ਵੱਧਰ ਖਾਲੀ ਲਈ ਖੜੀ ਹੈ ਮਾਸ਼ਾਅੱਲਾ ਬਾਕੀ ਮਾਲਕ ਦੀ ਜ਼ਬਾਨੀ ਪੁੱਛ ਲੈਨੇ ਆ ਕੀ ਇਹਦਾ ਸਾਹਬ ਹੈ ਕੀ ਕਿਤਾਬ ਹੈ ਆ ਤੇ ਆਜੋ ਭਾਈ ਜੀ ਇੱਧਰ ਅਸਲਾਮੁਅਲੈਕਮ ਜੀ ਵਾਅਲੈਕਮ ਸਲਾਮ ਭਾਈ ਜੀ ਲਓ ਭਾਈ ਜੀ ਆ ਜਿਹੜੀ ਗੱਡੀ ਗਾਂ ਕੈਮਰੇ ਵਾਲਾ ਵਿਖਾਉਂਦਾ ਪਿਆ ਜੀ ਭਾਈ ਇਹ ਕਿੰਨੇ ਦਿਨ ਲਵੇਗੇ ਸੁਮਨ ਦੇ ਪੱਕੀ ਤੇ ਠੱਕੀ ਗੱਲ ਕਰਨੀ ਆ ਕੂਚਰਾ ਆਪਣੇ ਮਾਰਨਾ ਮੇਰਾ ਵੀਰ ਜੀ 8 ਤੋਂ 10 ਦਿਨ ਪੱਕੇ ਲੈ ਆਇਆ ਸੀ ਕਿਉਂਕਿ ਮੇਰੀ ਤੇ ਘਰ ਦੀ ਹੈ ਮੈਂ ਇਹਨਾਂ ਨੂੰ ਨਵੇਂ ਦੁੱਧ ਕਰਾਇਆ ਹੋਵੇ ਮੈਨੂੰ ਤਾਂ ਪਤਾ ਹੈ ਨਾ ਠੀਕ ਹੋ ਗਿਆ 8 ਤੋਂ 7 ਦਿਨ ਲੈ ਆਇਆ ਸੀ 8 ਤੋਂ 10 ਦਿਨ ਭਾਈ 8 ਤੋਂ 10 ਦਿਨ ਤੇ ਨਸਲ-ਜ਼ਾਤ ਕਿਹੜੀ ਮੇਰਾ ਵੀਰ ਨਸਲ-ਜ਼ਾਤ ਚੋਲਸਤਾਨੀ ਭਾਈ ਜਾਨਾ ਚੋਲਸਤਾਨੀ ਚੋਲਸਤਾਨੀ ਕراس ਤੇ ਅਗਰ ਕੋਈ ਆਪਣਾ ਵੀਰ ਸੱਜਣ ਇਸ ਤਰ੍ਹਾਂ ਲਜਾਵੇ ਤੇ ਥਣ ਪਾਸ ਕਰ ਤੇ ਆਪਾਂ ਵਗਦੇ ਥਾਣ ਦੇਣੇ ਬਿਲਕੁਲ ਵਗਦੇ ਥਾਣਾ ਆਪਾਂ ਪਾਸ ਕਰਕੇ ਥਾਣ ਦੇਾਂਗੇ ਮੂਛ ਛਕੀਏ ਮੂਛ ਛਕੀਏ ਠੀਕ ਹੋ ਗਿਆ ਤੇ ਸੁਆ ਕਿੰਨਾ ਸੁਣਾ ਸੁਆ ਦੂਜਾ ਸੁਣਾ ਸੁਝਾ ਦੂਜਾ ਸੁਆ ਸੁਣਾ ਸੁ ਹਾਂਜੀ ਤੇ ਇਹ ਪਿਛਲੇ ਸੁਆ ਦੁੱਧ ਕਿੰਨਾ ਕੋ ਕਰਦੀ ਰਹੀਏ ਕੋਰਸੜਾ ਆਪਣੇ ਮਾਰਨਾ ਐਵੇਂ ਨਹੀਂ ਆਖਣਾ ਬਾਈਆਂ ਦੇ ਢਾਈ ਤੇ ਢਾਈਆਂ ਦੇ ਤਿੰਨ ਤੇ ਤਿੰਨਾਂ ਦੇ ਸੱਤ ਨਹੀਂ ਜੀ ਆਪਾਂ ਕੋਰਸੜਾ ਮਾਰਦੇ ਪਿਛਲੇ ਸੁਵੇ 10 ਕਿਲੋ ਦੁੱਧ ਕਰਦੀ ਰਹੀ ਪੰਜ ਕਿਲੋ ਸੂਬਾ ਪੰਜ ਕਿਲੋ ਸ਼ਾਮ ਆ ਠੀਕ ਹੋ ਗਿਆ ਪੱਕਾ ਦੁੱਧ ਕਰਦੀ ਰਹੀ ਠੀਕ ਹੋ ਗਿਆ ਮੇਰਾ ਬਾਈ ਠੀਕ ਹੋ ਗਿਆ ਦੇ ਹੁਣੇ ਦੁੱਧ ਕਿੰਨਾ ਕਰੇ ਦੀ ਹੁਣ ਇਨਸ਼ਾ ਅੱਲਾਹ ਇਹ ਸੂਵੇਗੀ ਤੇ ਪਿਛਲੇ ਸੂਵੇ ਨਾਲ ਉਹ ਕਿਹਾ ਕਿ ਪਹਿਲਾਂ ਪਹਿਲਾਂ ਥੋੜਾ ਇਹ ਘੱਟ ਦੁੱਧ ਰਾਇ ਸਿਰ ਦੁੱਧ ਬਤਾਵੇ ਦੀ ਪਹਿਲੇ ਨਾਲੋਂ ਐਸ ਵਾਰੀ ਕਿੰਨਾ ਕੁ ਕਰੇਗੀ ਕੋਈ ਅੰਦਾਜ਼ਾ ਦਾ ਮੋਟਾ ਲਾ ਦੁੱਧ ਪੁੱਤਰ 12 13 ਕਿਲੋ ਕਰੇਗੀ ਦੁੱਧ ਪੁੱਤਰ ਤਾਂ ਵੈਸੇ ਨਸੀਬਾਂ ਦਾ ਹੁੰਦਾ ਹੈ ਮਾਸ਼ਾ ਅੱਲਾਹ ਥਣ ਬੜਾ ਪਿਆਰਾ ਲੱਗਾ ਹੋਇਆ ਹੈ ਗਾਂ ਬੜੀ ਖੂਬਸੂਰਤ ਤੇ ਬੜੀ ਲਾਜਵਾਬ ਹੈ ਜਨਾਬ ਅੱਲਾਹ ਦੇ ਫਜ਼ਲੋ ਕਰਮ ਨਾਲ ਤੇ ਇਹਦਾ ਨਾਂ ਅ ਅਰਤੂ 10 ਦਿਨ ਲੈਂਦੀ ਹੈ ਜੀ ਭਾਈ ਤੇ ਪਹਿਲੇ ਸਵੇਰ ਦੁੱਧ ਕਰਦੀ ਰਹੀ ਕਿੰਨਾ ਪਹਿਲੇ ਸਵੇਰ ਕਰਦੀ ਰਹੀ 10 ਕਿਲੋ 10 ਕਿਲੋ ਹਾਂਜੀ ਤੇ ਹੁਣ ਮਜ਼ੀਦ 14 15 ਦਿਨ ਨੂੰ ਕਰਨਾ ਚਾਹੀਦਾ ਹਾਂਜੀ ਕਰਸੀ ਇਨਸ਼ਾਅੱਲਾ ਕਰੇਗੀ ਨਾ ਸਾਈ ਵਾਲੇ ਚੋਲਸਤਾਨੀ ਹੈ ਗਾਂ ਮਾਸ਼ਾਅੱਲਾ ਕੱਦ ਚੰਗਾ ਹੈ ਕਬਾੜਾ ਚੰਗਾ ਹੈ ਗਾਂ ਦਾ ਠੀਕ ਹੋ ਗਿਆ ਰੰਗ ਬੜਾ ਸੋਹਣਾ ਹੈ ਗਾਂ ਦਾ ਤੇ ਉਹਨੇ ਤਾਂ ਕਾਲੀ ਬਿੰਦੀ ਕਾਲੀ ਬਿੰਦੀ ਹਾਂਜੀ ਕਾਲੀ ਬਿੰਦੀ ਠੀਕ ਹੈ ਤੇ ਉਹਨੇ ਦਾ ਨਾ ਪਿਆਰ ਤੇ ਮੁਹਬਤ ਵਾਲਾ ਰੇਟ ਕਰਨਾ ਹੈ ਪਿਆਰ ਤੇ ਮੁਹਬਤ ਆ। ਇਹੰਦਾ ਭਾਈ ਜੀ 1 ਲੱਖ ਤੇ 55000 ਰੁਪਇਆ ਰੇਟ ਹੈ ਜੀ। ਅੱਜ ਤਾਂ ਮਾਸ਼ਾਅੱਲਾ ਲੰਡਾ ਹੀ ਲਾ ਦਿੱਤਾ ਜੀ। ਹਾਂ ਜੀ ਲੰਡਾ ਜੀ ਲੰਡਾ 1 ਲੱਖ ਤੇ 55000 ਰੁਪਇਆ ਜੀ ਵੇ ਠੀਕ ਹੋ ਗਿਆ ਠੀਕ ਹੋ ਗਿਆ ਤੇ ਇਹਦੇ ਵਿੱਚ ਕੋਈ ਲਾੜ ਪਿਆਰ ਵੀ ਹੋਵੇ ਦਾ ਜੀ ਕਿ ਥੋੜਾ ਬਹੁਤਾ ਕਰ ਲਾਂਗੇ ਤੁਸੀਂ ਇੰਨਾ ਸਫਰ ਕੀਤਾ ਆ ਫਿਰ ਕਿੰਨਾ ਕੋ ਕਿੰਨਾ ਕੋ ਕਰੋਗੇ ਕੋ 5000 ਬਾਕੀ ਰਹਿ ਗਿਆ 1.5 ਲੱਖ ਰੁਪਇਆ ਹਾਂ ਜੀ ਅਗਰ ਕੋਈ ਆਪਣਾ ਵੀਰ ਸੱਜਣਾ ਆੰਦਾ ਹੈ ਕਿ 1 ਲੱਖ ਤੇ 50 ਹਜ਼ਾਰ ਦੇ ਵਿੱਚ ਵੀ ਕੋਈ 19 20 ਕਰਾ ਤੇ ਆਪਾਂ ਨੂੰ ਕਰਨੀ ਪੈਣੀ ਹੈ ਮੇਰਾ ਭਾਈ ਸਪਾਈਸ਼ਵਾਕ ਤੁਹਾਡੇ ਮਨ ਕਰ ਲਾ ਤੁਸੀਂ ਕਿੱਥੋਂ ਚਲੇ ਨੇ ਤੇ ਕਿੱਥੇ ਦਰਿਆ ਦੇ ਫਿਰਦੇ ਨੇ ਤੁਹਾਡੇ ਤੁਸੀਂ ਸਾਡੇ ਸਫਰ ਨੂੰ ਤੇ ਜਿਹੜੇ ਆਉਣ ਵਾਲੇ ਮਹਿਮਾਨਾਂ ਦੇ ਸਫ਼ਰ ਦੀ ਵਈਆ ਤੋਂ ਉਹਨਾਂ ਨੇ ਤੇਲ ਪਾਣੀ ਹੋਰ ਛਾੜ ਦੇਾਂਗੇ ਹੋਰ ਦੱਸੋ ਠੀਕ ਹੋ ਗਿਆ ਠੀਕ ਹੋ ਗਿਆ ਲੈਣ ਦੇਣੇ ਮੁਕੱਦਰ ਜਨਾਬ ਸਾਈਵਾਲ ਚਲਸਤਾਨੀ ਗਾਂ ਜਨਾਬ ਪਹਿਲੇ ਸੂਏ 10 ਲੀਟਰ ਦੁੱਧ ਕਰਦੀ ਰਹੀ ਮਾਲਕਾ ਦਾ ਕਹਿਣਾ ਹੁਣ ਅੱਲਾ ਦੇ ਫਜ਼ਲੋ ਕਰਮ ਨਾਲ ਮਜ਼ੀਦ ਦੁੱਧ ਕਰੇਗੀ ਵੈਸੇ ਦੁੱਧ ਪੁੱਤਰ ਨਸੀਬਾਂ ਦਾ ਹੁੰਦਾ ਹੈ ਤੇ ਗੱਤੇ ਪਾਏ ਦਾ ਹੁੰਦਾ ਜਨਾਬ 1,55,000 ਦੇ ਵਿੱਚ 5000 ਦਾ ਪਿਆਰ ਮੁਹੱਬਤ ਬਾਕੀ ਰਹਿ ਗਿਆ ਜਨਾਬ 1.5 ਲੱਖ ਰੁਪਈਆ 1.5 ਲੱਖ ਦੇ ਵਿੱਚ ਵੀ ਜਨਾਬ ਫੁੱਲ ਫੁੱਲ ਪਿਆਰ ਮੁਹੱਬਤ ਕਰਾਵਾਂਗੇ ਅੱਲਾ ਦੇ ਫਜ਼ਲੋ ਕਰਮ ਨਾਲ ਸ਼ ਨਾਲ ਕੋਈ ਐਸਾ ਜਨਾਬ ਨਹੀਂ ਹੁੰਦਾ ਜਨਾਬ ਅੱਲਾਹ ਦੀ ਮਿਹਰਬਾਨੀ ਨਾਲ ਤੇ ਲੈਣੇ ਦੇਣੇ ਮੁਕੱਦਰ ਜਨਾਬ ਸੌਦਾ ਨਾਲ ਨਸੀਬਾਂ ਦੇ ਸ਼ੇਨ ਐਨੀਮਲ ਟੀਵੀ ਖਰੇ ਤੇ ਸੁੱਚੇ ਸਾਫ਼ ਸੁਥਰੇ ਜਾਨਵਰ ਮਿਲਦੇ ਨੇ ਅੱਲਾਹ ਦੀ ਮਿਹਰਬਾਨੀ ਨਾਲ ਤੇ ਜਨਾਬ 10 ਤੋਂ 12 ਲੀਟਰ ਦੁੱਧ ਪਹਿਲੇ ਸੂਏ ਕਰਦੀ ਰਹੀ ਹੈ 10 ਦਿਨ ਲਵੇਗੀ ਜਨਾਬ ਸੂਣ ਦੇ ਸਾਈਵਾਲ ਚੁੱਲ੍ਹਸਤਾਨੀ ਹੈ ਤੇ ਮਿਲਾਂਗੇ ਅਗਲੀ ਨਾਲ ਲਾਜਵਾਬ ਵੀਡੀਓ ਦੇ ਅੱਲਾਹ ਨਿਗਹਿबान ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ